Hello listening friends. Srota We are delighted that you tuned in to listen to this program.

ਬਾਲਕੀ ਹੁੰਦੇ ਹਾਂ ਤਦ ਅਸੀਂ ਆਪਣੀ ਮਨਮਰਜ਼ੀ ਕਰਨਾ ਚਾਹੁੰਦੇ ਹਾਂ ਪਹਿਲਾ ਸ਼ਬਦ ਜੋ ਇੱਕ ਛੋਟਾ ਬੱਚਾ ਆਖਣਾ ਸਿੱਖਦਾ ਹੈ ਉਹ ਹੈ ਨਹੀਂ ਫਿਰ ਅਸੀਂ ਵੱਡੇ ਹੁੰਦੇ ਹਾਂ ਕਦ ਅਸੀਂ ਆਪਣੀ ਕਿਸਮਤ ਨੂੰ ਖੁਦ ਉਸਾਰਨਾ ਚਾਹੁੰਦੇ ਹਾਂ ਅਸੀਂ ਇਹ ਪਸੰਦ ਨਹੀਂ ਕਰਦੇ ਕਿ ਸਾਨੂੰ ਕਿਸੇ ਚੀਜ਼ ਜਾਂ ਕਿਸੇ ਵਿਅਕਤੀ ਉੱਤੇ ਨਿਰਭਤ ਹੋਣਾ ਸਮਝਿਆ ਜਾਵੇ। From the last broadcast of James chapter 4 verses 1 to 12 we saw the big three enemies. ਆਪਣੇ ਆਖਰੀ ਪ੍ਰਸਾਰਣ ਵਿੱਚ ਯਾਕੂਬ ਦੀ ਪੱਤਰੀ ਦੇ 4 ਅਧਿਆਏ ਦੀਆਂ 1 ਤੋਂ 12 ਆਇਤਾਂ ਦੇ ਵਿੱਚ ਅਸੀਂ ਉਸ ਮਹਾਨ ਵੈਰੀਆਂ ਦੀ ਟਿਕੜੀ ਦੇ ਬਾਰੇ ਵੇਖਿਆ ਸੀ। The world, the flesh and the devil. ਉਹ ਹਨ ਸੰਸਾਰ, ਸਰੀਰ ਅਤੇ شیطان। And we learned that there are three keys to spiritual growth. first of which was learning submission. in today's passage, james 4.13 to 17, james continues to hammer away on the importance of submission to the will of god. bible jacob ਯਾਕੂਬ ਸਾਡੇ ਜੀਵਨਾਂ ਦੇ ਵਿੱਚ ਪਰਮੇਸ਼ਵਰ ਦੀ ਇੱਛਾ ਦੇ ਪ੍ਰਤੀ ਸਮਰਪਿਤ ਹੋਣ ਦੇ ਮਹੱਤਵ ਉੱਤੇ ਜ਼ੋਰ ਦੇਣਾ ਜਾਰੀ ਰੱਖਦਾ ਹੈ ਸੈਡਲੀ ਥੇਰ ਆਰ ਮਨੀ ਕ੍ਰਿਸਚੀਅਨਸ ਹੂ ਸੀ ਦਾ ਵਿਲ ਆਫ ਗੋਡ ਐਸ ਅ ਬਿਟਰ ਮੈਡੀਸਨ ਥੈਟ ਦੇ ਮਸਟ ਟੇਕ ਇਹ ਬੜੇ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਇਹੋ ਜਿਹੇ ਮਸੀਹੀ ਹਨ ਜੋ ਪਰਮੇਸ਼ਰ ਦੀ ਇੱਛਾ ਨੂੰ ਇੱਕ ਕੌੜੀ ਦਵਾਈ ਵਜੋਂ ਲੈਂਦੇ ਹਨ ਜਿਹੜੀ ਉਹਨਾਂ ਨੂੰ ਲੈਣੀ ਹੀ ਪੈਣੀ ਹੈ ਇਨਸਟੈਡ ਆਫ ਸੀਇੰਗ ਇਟ ਫॉर ਵਾਟ ਇਟ ਇਜ਼ ਦਾ ਗ੍ਰੇਸ਼ੀਅਸ ਐਵਿਡੈਂਸ ਆਫ ਦਾ ਲਵ ਆਫ ਗੋਡ ਇਹ ਵੇਖਣ ਦੀ ਬਜਾਏ ਕਿ ਇਹ ਹੈ ਕਿ ਭਾਗ ਪਰਮੇਸ਼ੁਰ ਦੇ ਪਿਆਰ ਦਾ ਦਇਆਪੂਰਨ ਸਬੂਤ ਆਈ ਹੈ ਮੀਟ ਪੀਪਲ ਆਲ ਓਵਰ ਦ ਵਰਲਡ ਹੂ ਆਰ ਅਫਰੇਡ ਟੂ ਅਬੈਂਡਨ ਥੈਮਸੈਲਵਜ਼ ਟੂ ਕ੍ਰਾਈਸਟ ਮੈਂ ਇਸ ਜਗਤ ਦੇ ਵਿੱਚ ਸਭ ਪਾਸੇ ਲੋਕਾਂ ਨੂੰ ਮਿਲਿਆ ਹਾਂ ਜੋ ਮਸੀਹ ਦੇ ਪ੍ਰਤੀ ਆਪਣੇ ਆਪ ਨੂੰ ਉਸ ਦੇ ਸਮਰਪਣ ਤੇ ਛੱਡ ਦੇਣ ਦੇ ਤੋਂ ਡਰਦੇ ਹਨ ਵਨ ਆਈ ਡਿਗ ਦੀਪਾ ਆ ਫਾਈਂਡ ਆਊਟ ਥੈਅ ਆਰ ਅਫਰੇਡ ਟੂ ਸਬਮਿਟ ਟੂ ਗੋਡ ਥਿੰਕਿੰਗ ਥੈਟ ਇਫ ਥੇ ਡੂ ਹਿਸ ਵਿਲ ਥੇ ਵਿਲ ਹੈਵ ਟੂ ਸਵਾਲੋ ਅ ਬੈਟਰ ਮੈਡੀਸਿਨ ਜਦੋਂ ਮੈਂ ਇਸ ਦੀ ਗਹਿਰਾਈ ਨਾਲ ਖੋਜ ਕਰਦਾ ਹਾਂ ਤਦ ਮੈਂ ਇਹ ਵੇਖਦਾ ਹਾਂ ਕਿ ਉਹ ਇਸ ਕਰਕੇ ਪਰਮੇਸ਼ਵਰ ਦੇ ਪ੍ਰਤੀ ਸਮਰਪਣ ਕਰਨ ਤੋਂ ਡਰਦੇ ਹਨ ਇਹ ਸੋਚਦੇ ਹੋਇਆ ਕਿ ਜੇਕਰ ਉਹ ਉਸ ਦੀ ਇੱਛਾ ਨੂੰ ਪੂਰਾ ਕਰਨ ਤਦ ਉਨ੍ਹਾਂ ਨੂੰ ਇੱਕ ਕੌੜੀ ਦਵਾਈ ਨੂੰ ਨਿਗਲਣਾ ਹੀ ਪੈਣਾ ਹੈ This is a completely false assumption ਇਹ ਤਾਂ ਸੱਚਮੁੱਚ ਪੂਰੀ ਤਰ੍ਹਾਂ ਗਲਤ ਧਾਰਨਾ ਹੀ ਹੈ The will of God comes out of the heart of God ਜੋ ਪਰਮੇਸ਼ਵਰ ਦੀ ਇੱਛਾ ਹੈ ਇਹ ਪਰਮੇਸ਼ਰ ਦੇ ਦਿਲ ਵਿੱਚੋਂ ਆਉ ਨਿਕਲਦੀ ਹੈ And His will is the expression of His love. We truly miss out on God's blessings of love by refusing to submit to His will. Reaching Christian maturity means that you have to depend on God more, not less. ਆਕ ਪਹੁੰਚਣ ਦਾ ਅਰਥ ਹੁੰਦਾ ਹੈ ਕਿ ਆਪ ਨੂੰ ਪਰਮੇਸ਼ਵਰ ਉੱਤੇ ਘਟਣ ਦੀ ਬਜਾਏ ਜ਼ਿਆਦਾ ਨਿਰਭਰ ਹੋਣਾ ਪੈਣਾ ਹੈ ਹਾਓ ਡਿਪੈਂਡੈਂਸ ਔਨ ਗੋਡ ਸਟਾਰਟਸ ਵਿਦ ਆਰ ਸਬਮਿਸ਼ਨ ਦੈਟ ਵੀ ਕੈਨਟ ਸੇਵ ਆਰਸੈਲਵਸ ਐਂਡ ਵੀ ਮਸਟ ਟਰਨ ਟੂ ਜੀਸਸ ਕ੍ਰਾਈਸਟ ਫੋਰ ਸਲਵੇਸ਼ਨ ਸਾਡੀ ਪਰਮੇਸ਼ਵਰ ਉੱਤੇ ਨਿਰਭਰਤਾ ਉਸ ਦੇ ਪ੍ਰਤੀ ਸਾਡੇ ਸਮਰਪਣ ਦੇ ਨਾਲ ਆਰੰਭ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਨਹੀਂ ਬਚਾ ਸਕਦੇ ਅਤੇ ਜ਼ਰੂਰੀ ਹੈ ਕਿ ਅਸੀਂ ਮੁਕਤੀ ਦੇ ਲਈ ਯੇਸ਼ੂ ਮਸੀਹ ਵੱਲ ਮੁੜੀਏ God is looking for men and women who are willing to look to Him for direction. God is desiring that we become dependent on Him, not independent of Him. God wants us to acknowledge that He is in charge and not us. ਚਾਹੁੰਦਾ ਹੈ ਕਿ ਅਸੀਂ ਜਾਣ ਲਈਏ ਕਿ ਉਸੇ ਦਾ ਹੀ ਸਭ ਦੇ ਉੱਤੇ ਨਿਯੰਤਰਣ ਹੈ ਨਾ ਕਿ ਸਾਡਾ ਆਪਣਾ ਲਿਸਨ ਟੂ ਜੇਮਸ ਸੇਇੰਗ ਹੇਅਰ ਜੋ ਕੁਝ ਯਾਕੂਬ ਇੱਥੇ ਆਖ ਰਿਹਾ ਹੈ ਉਸ ਨੂੰ ਸੁਣੋ ਜੇਮਸ ਇਜ਼ ਡਿਸਕ੍ਰਾਈਬਿੰਗ ਨਾਟ ਓਨਲੀ ਥੋਸ Who ওভার ਪਲਾਨ ਥੇਅਰ ਲਾਈਵਸ ਬਟ ਥੋਸ Who ਐਕਚੁਅਲੀ ਲੀਵ ਗੋਡ ਆਊਟ ਆਫ ਥੇਅਰ ਪਲਾਨਸ ਆਲ ਟੁਗੇਦਰ ਇੱਥੇ ਯਾਕੂਬ ਸਿਰਫ ਉਹਨਾਂ ਦਾ ਹੀ ਜ਼ਿਕਰ ਨਹੀਂ ਕਰਦਾ ਜੋ ਆਪਣੇ ਜੀਵਨਾਂ ਲਈ ਬਹੁਤ ਜ਼ਿਆਦਾ ਯੋਜਨਾਵਾਂ ਬਣਾਉਣ ਵਾਲੇ ਹਨ ਪਰ ਉਹਨਾਂ ਦਾ ਜੋ ਅਸਲ ਵਿੱਚ ਪੂਰੀ ਤਰ੍ਹਾਂ ਪਰਮੇਸ਼ਵਰ ਨੂੰ ਆਪਣੀਆਂ ਯੋਜਨਾਵਾਂ ਤੋਂ ਬਿਨਾਂ I believe in planning. I believe in goal setting. And James is not condemning either of these. James is not suggesting for a moment that we ought to live our lives as drifters wandering aimlessly in life. ਪਰਮੇਸ਼ਵਰ ਇਸ ਤਰ੍ਹਾਂ ਦੀ ਕੋਈ ਜਰਾ ਵੀ ਤਜ਼ਵੀਜ਼ ਨਹੀਂ ਦੇ ਰਿਹਾ ਕਿ ਸਾਨੂੰ ਆਪਣੇ ਜੀਵਨ ਜ਼ਿੰਦਗੀ ਵਿੱਚ ਬਿਨਾ ਉਦੇਸ਼ ਇੱਧਰ ਉੱਧਰ ਘੁੰਮਦਿਆਂ ਕਿਰਿਆਹੀਨਾ ਵਾਂਗੂ ਬਿਤਾਉਣੇ ਚਾਹੀਦੇ ਹਨ। ਨੋ ਬਿਲਕੁਲ ਨਹੀਂ। ਜੇਮਸ ਇਸ ਸੇਇੰਗ ਡੋਨਟ ਮੇਕ ਯੋਰ ਪਲਾਨਸ ਬੇਸਡ ਔਨ ਯੋਰ ਡਿਜ਼ਾਇਰਸ ਐਂਡ ਯੋਰ ਐਂਬੀਸ਼ਨਸ ਐਂਡ ਸੇ ਲਾਰਡ ਬlesਸ ਮਾਈ ਪਲਾਨਸ। ਯਾਕੂਬ ਇਥੇ ਆਖ ਰਿਹਾ ਹੈ ਕਿ ਆਪਣੇ ਜੀਵਨਾ ਨੂੰ ਆਪਣੀਆਂ ਹੀ ਆਸ਼ਾਵਾਂ ਦੇ ਅਨੁਸਾਰ ਯੋਜਨਾਵਾਂ ਬਣਾ ਕੇ ਨਾ ਗੁਜ਼ਾਰੋ ਨਾ ਆਪਣੀਆਂ ਹੀ ਲਾਲਸਾਵਾਂ ਦੇ ਦੁਆਰਾ ਅਤੇ ਇਹ ਆਖਦੇ ਹੋਇਆ ਕਿ हे प्रभु ਸਾਡੀਆਂ ਯੋਜਨਾਵਾਂ ਨੂੰ ਬਰਕਤ ਦੇ ਪਰਮੇਸ਼ਰ ਦੀ ਬਾਣੀ ਸਾਨੂੰ ਆਖ ਰਹੀ ਹੈ ਕਿ ਪਰਮੇਸ਼ਰ ਅਤੇ ਪਰਮੇਸ਼ਰ ਦੀ ਇੱਛਾ ਜ਼ਰੂਰੀ ਹੈ ਕਿ ਸਾਡੀ ਯੋਜਨਾਵਾਂ ਦਾ ਠੀਕ ਠੀਕ ਨਿਚੋੜ ਹੋਵੇ ਇਸ ਤੋਂ ਵੀ ਵੱਧ ਕੇ that our plans and our goals should be nothing less than what god wants for us ਕਿ ਸਾਡੀਆਂ ਯੋਜਨਾਵਾਂ ਅਤੇ ਸਾਡੇ ਟੀਚੇ ਉਸ ਤੋਂ ਬਿਲਕੁਲ ਘੱਟ ਨਹੀਂ ਹੋਣੇ ਚਾਹੀਦੇ ਜੋ ਕਿ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਹੋਈਏ how do we do that ਅਸੀਂ ਇਹ ਕਿਵੇਂ ਕਰੀਏ by prayerfully saying lord what do you want me to accomplish in my life ਪ੍ਰਾਰਥਨਾ ਵਿੱਚ ਇਹ ਆਖਦੇ ਹੋਇਆਂ ਕਿ हे ਪ੍ਰਭੂ ਤੂੰ ਕੀ ਚਾਹੁੰਦਾ ਹੈ ਕਿ ਮੈਂ ਆਪਣੇ ਜੀਵਨ ਦੇ ਵਿੱਚ ਤੇਰੇ ਲਈ ਸਥਾਪਿਤ ਕਰਾਂ

ਤੂੰ ਕਿੰਨੇ ਲੋਕਾਂ ਦੀ ਖਾਸ਼ ਰੱਖਦਾ ਹੈਂ ਕਿ ਮੈਂ ਉਹਨਾਂ ਨੂੰ ਤੇਰੇ ਕੋਲ ਆਉਣ ਦੇ ਵਿੱਚ ਅਗਵਾਈ ਕਰਾਂ ਮੇਰੇ ਜੀਵਨ ਦੇ ਉਹ ਕਿਹੜੇ ਆਧਾਇਰੇ ਹਨ ਜਿਨ੍ਹਾਂ ਦੇ ਬਾਰੇ ਤੂੰ ਚਾਹੁੰਦਾ ਹੈ ਕਿ ਇਸ ਸਾਲ ਮੈਂ ਉਹਨਾਂ ਤੋਂ ਬਦਲ ਦੇਵਾਂ ਜਦੋਂ ਪਰਮੇਸ਼ਵਰ ਆਪ ਨੂੰ ਇਹ ਵਿਖਾ ਦੇਵੇ ਕਿ ਉਹ ਆਪ ਤੋਂ ਕੀ ਚਾਹੁੰਦਾ ਹੈ ਦਾ ਇਸ ਬਾਰੇ ਪ੍ਰਾਰਥਨਾ ਕਰਨਾ ਆਰੰਭ ਕਰੋ ਜੋ ਕੁਝ ਪਰਮੇਸ਼ਵਰ ਆਪ ਦੇ ਜੀਵਨਾਂ ਦੇ ਵਿੱਚ ਕਰਨਾ ਚਾਹੁੰਦਾ ਹੈ ਇਸ ਤਰ੍ਹਾਂ ਠੀਕ ਸ਼ੁਰੂ ਤੋਂ ਅੰਤ ਤੱਕ ਇਹ ਆਪ ਦੀ ਟੀਚੇ ਨਹੀਂ ਹਨ ਬਲਕਿ ਇਹ ਤਾਂ ਪਰਮੇਸ਼ਵਰ ਦੇ ਆਪ ਲਈ ਠਰਾਈ ਹੋਈ ਟੀਚੇ ਹਨ ਇਸ ਤਰ੍ਹਾਂ ਆਪ ਦਾ ਜੋ ਪ੍ਰਾਰਥਨਾ ਦਾ ਜੀਵਨ ਹੈ ਉਹ ਪਰਮੇਸ਼ਵਰ ਦੀਆਂ ਯੋਜਨਾਵਾਂ ਦੇ ਪਿੱਛੇ ਚੱਲਦਿਆਂ ਦੇ ਉੱਤੇ ਕੇਂਦਰਿਤ ਹੈ। ਇਸੇ ਤਰ੍ਹਾਂ ਹੀ ਮੈਂ ਆਪਣਾ ਜੀਵਨ ਜਿਉਣ ਦੀ ਕੋਸ਼ਿਸ਼ ਕਰਦਾ ਹਾਂ। ਬਾਈਬਲ ਬਾਣੀ ਸਾਨੂੰ ਆਖਦੀ ਹੈ ਕਿ ਆਪਣੇ ਆਪ ਨੂੰ ਪ੍ਰਭੂ ਵਿੱਚ ਆਨੰਦਿਤ ਰੱਖ ਅਤੇ ਉਹ ਤੇਰੇ ਦਿਲ ਦੀਆਂ ਖਾਹਿਸ਼ਾਂ ਨੂੰ ਪੂਰਾ ਕਰੇਗਾ। but delighting ourselves in the lord will mean that we only seek his will in our life <laughs> ਆਨੰਦਿਤ ਹੋਣਾ ਦਾ ਅਰਥ ਹੁੰਦਾ ਹੈ ਕਿ ਅਸੀਂ ਸਿਰਫ ਆਪਣੇ ਜੀਵਨ ਦੇ ਵਿੱਚ ਉਸੇ ਦੀਆਂ ਇੱਛਾਵਾਂ ਦੀ ਖੋਜ ਕਰਦੇ ਹਾਂ ਇਨ ਜੋਨ 15 ਜੀਸਸ ਸੈਡ ਯੋਹੰਨਾ ਦੀ ਇੰਜੀਲ ਦੇ 15 ਅਧਿਆਏ ਵਿੱਚ ਯਿਸੂ ਜੀ ਨੇ ਆਖਿਆ ਸੀ ਇਫ ਯੂ ਅਬਾਈਡ ਇਨ ਮਾਈ ਵਰਡ ਦੈਨ ਵਟਐਵਰ ਯੂ ਆਸਕ ਯੂ ਸ਼ਲ ਰੀਸੀਵ ਜੇਕਰ ਤੁਸੀਂ ਮੇਰੇ ਬਚਨ ਵਿੱਚ ਬਣੇ ਰਹੋ ਤਦ ਜੋ ਕੁਝ ਵੀ ਮੰਗੋ ਉਹ ਆਪ ਨੂੰ ਮਿਲ ਜਾਵੇਗਾ ਬਿਕੋਜ਼ ਵਨ ਯੂ ਆਰ ਅਬਾਈਡਿੰਗ ਇਨ ਹਿਸ ਵਰਡ you will only ask for that which is in his will kyunki jadon aap usde vachan vich bane rehnde ho tad sirf aap ohi mangoge jo kujh usdi ichcha de vich hai ki parmeshwar sade layi sab kujh prakat karda hai of course not bilkul nahi he is a sovereign god oh ta sarv uchch parmeshwar hai As long as I know that he is in control, I am at peace. And I don't need to know everything. Do you remember the gospel account of the storm in the Sea of Galilee? There were two distinct reactions to the storm. ਪ੍ਰਤੀ ਦੋ ਤਰ੍ਹਾਂ ਦੀਆਂ ਭਿੰਨ ਭਿੰਨ ਪ੍ਰਤੀਕਿਰਿਆਵਾਂ ਸਨ ਦ ਡਿਸਾਈਪਲਸ ਰਿਐਕਸ਼ਨ ਵਾਸ ਥੈਟ ਆਫ ਪੈਨਿਕ ਇਨ ਦ ਫੇਸ ਆਫ ਦ ਸਟਾਰਮ ਉਸ ਤੂਫਾਨ ਦੇ ਸਥਿਤੀ ਦੇ ਵਿੱਚ ਜੋ ਚੇਲਿਆਂ ਦੀ ਪ੍ਰਤੀਕਿਰਿਆ ਸੀ ਉਹ ਤਾਂ ਭੈ ਭੀਤ ਹੋਣਾ ਸੀ ਜੀਸਸ ਇਸ ਰਿਐਕਸ਼ਨ ਵਾਸ ਥੈਟ ਹੀ ਵਾਸ ਅਸਲੀਪ ਪਰ ਯੀਸੂ ਜੀ ਦੀ ਪ੍ਰਤੀਕਿਰਿਆ ਇਹ ਸੀ ਕਿ ਉਹ ਉਸ ਵੇਲੇ ਸੌ ਰਹੇ ਸਨ ਵਾਈ ਕਿ ਜੀ ਆ ਕਿਉਂ ਸਿੰਪਲੀ they had forgotten that he is in control and they panicked basa utta poli chuke san ke oh sab kase de utte niyantran rakhna wala hai ise karke oh paithith ho gaye san the stress factor in your life can be dealt with only when you live a life of dependence on god the holy spirit aap de jeevan vich le dabaao di halat de naal tadhi nipta ja sakda hai jadon aap parmeshwar pavittar aatma utte nirbhar hon wala jeevan jiunde ho the reason so many christians live a life of Stress and anxiety is because they are determined to take control of their lives. ਉਹ ਕਾਰਨ ਜਿਸ ਕਰਕੇ ਬਹੁਤ ਸਾਰੇ ਮਸੀਹੀ ਪਰੇਸ਼ਾਨੀ ਅਤੇ ਚਿੰਤਾ ਦਾ ਜੀਵਨ ਬਿਤਾਉਂਦੇ ਹਨ ਉਹ ਇਸ ਕਰਕੇ ਹੈ ਕਿਉਂਕਿ ਉਨ੍ਹਾਂ ਨੇ ਇਹ ਵਿਰਾਦਾ ਬਣਾਇਆ ਹੋਇਆ ਹੈ ਕਿ ਉਹ ਆਪਣੇ ਹੀ ਜੀਵਨਾਂ ਨੂੰ ਆਪਣੇ ਹੀ ਕਾਬੂ ਵਿੱਚ ਰੱਖਣਗੇ. I want to give you a measuring stick by which you can measure if you are spiritually growing or not. ਮੈਂ ਆਪ ਨੂੰ ਇੱਕ ਨਾਪਣ ਵਾਲਾ ਪੈਮਾਨਾ ਦੇਣ ਦੀ ਇਰਾਦਾ ਰੱਖਦਾ ਹਾਂ ਜਿਸ ਦੇ ਦੁਆਰਾ ਆਪ ਸੱਚਮੁੱਚ ਜਾਣ ਸਕੋਗੇ ਕਿ ਆਪ ਅਸਲ ਵਿੱਚ ਆਤਮਿਕ ਤੌਰ ਤੇ ਵਧ ਰਹੇ ਹੋ ਜਾਂ ਨਹੀਂ ਪਲੀਜ਼ ਲਿਸਨ ਕੇਅਰਫੁਲੀ ਕਿਰਪਾ ਕਰਕੇ ਧਿਆਨ ਨਾਲ ਸੁਣੋ ਮੈਜ਼ਰ ði ਗੈਪ ਬੀਟਵੀਨ ði ਟਾਈਮ ਯੂ ਟੇਕ ਓਵਰ ਕੰਟਰੋਲ ਆਫ ਅ ਸਿਚੁਏਸ਼ਨ ਅੰਟਿਲ ਯੂ ਰਿਲੀਨਕੁਇਸ਼ ਕੰਟਰੋਲ ਟੂ ði ਸਪਿਰਿਟ ਆਫ ਗੋਡ ਐਂਡ ਅਲਾਉ ਹਿਮ ਟੂ ਲੀਡ ਯੂ ਐਂਡ ਡਾਇਰੈਕਟ ਯੂ ਉਸ ਸਮੇਂ ਦੇ ਵਕਫੇ ਨੂੰ ਨਾਓ ਜਦੋਂ ਆਪ ਨੇ ਕਿਸੇ ਸਥਿਤੀ ਨੂੰ ਕਾਬੂ ਵਿੱਚ ਕਰਦੇ ਹੋਏ ਜਦੋਂ ਤੱਕ ਆਪ ਇਸ ਦੇ ਨਿਯੰਤਰਣ ਨੂੰ ਪਰਮੇਸ਼ਵਰ ਦੇ ਆਤਮਾ ਉੱਤੇ ਨਹੀਂ ਛੱਡਦੇ ਅਤੇ ਉਸ ਨੂੰ ਆਪ ਦੀ ਅਗਵਾਈ ਅਤੇ ਨਿਰਦੇਸ਼ਨ ਕਰਨ ਦਿੰਦੇ ਹੋ। ਇਸ ਸਮਾਂ ਜਿੰਨਾ ਵੀ ਥੋੜਾ ਹੋਵੇ ਉਨਾਂ ਹੀ ਜ਼ਿਆਦਾ ਆਪ ਆਤਮਿਕ ਤੌਰ ਤੇ ਵਧ ਰਹੇ ਹੋ। ਜੋ ਇਸ ਦੇ ਬਦਲੇ ਆਪ ਦੀ ਜਾ ਪਰਮੇਸ਼ਵਰ ਦੀ ਆਵਾਜ਼ ਨਾਲ ਜ਼ਿਆਦਾ ਜੁੜਨਾ ਹੁੰਦਾ ਹੈ। We saw in the last message about the big 3 the world the flesh and the devil. ਅਸੀਂ ਪਿਛਲੇ ਸੰਦੇਸ਼ ਦੇ ਵਿੱਚ ਉਸ ਮਹਾਨ ਟਿਕੜੀ ਦੇ ਬਾਰੇ ਗੌਰ ਕੀਤਾ ਸੀ ਭਾਵ ਜਗਤ ਸਰੀਰ ਅਤੇ ਸ਼ੈਤਾਨ ਦੇ ਬਾਰੇ। Are conspiring continuously to hinder us from hearing the voice of God. ਅਸਾ ਵੇਖਿਆ ਸੀ ਕਿ ਇਹ ਲਗਾਤਾਰ ਸਾਨੂੰ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨ ਤੋਂ ਰੋਕਣ ਦੇ ਲਈ ਲਗਾਤਾਰ ਗੁਪਤ ਯੋਜਨਾਵਾਂ ਬਣਾ ਰਹੇ ਹਨ। There are some Christians living their Christian life like someone getting a phone call in amidst of a room filled with people. ਕੁਝ ਲੋਕ ਆਪਣੇ ਮਸੀਹੀ ਜੀਵਨਾਂ ਨੂੰ ਇਸ ਤਰ੍ਹਾਂ ਜੀ ਰਹੇ ਹਨ ਜਿਵੇਂ ਕਿਸੇ ਇਹੋ ਜਿਹੇ ਵਿਅਕਤੀ ਦੀ ਤਰ੍ਹਾਂ ਜੋ ਕਿ ਇੱਕ ਰੌਲੇ ਰਪੇ ਪਾਉਣ ਵਾਲੇ ਲੋਕਾਂ ਦੇ ਨਾਲ ਭਰੇ ਇੱਕ ਕਮਰੇ ਦੇ ਵਿੱਚ ਘਾਰ ਰਹਿੰਦੇ ਹੋਣ। People are talking all around them. ਉੱਥੇ ਹਰ ਪਾਸੇ ਲੋਕ ਗੱਲਾਂ ਕਰ ਰਹੇ ਹਨ। ਉੱਥੇ ਬਹੁਤ ਵੱਡਾ ਸ਼ੋਰ ਹੈ। The radio is blurring.

ਵਾਟ ਵਾਟ ਅਤੇ ਇਹ ਵਿਚਾਰਾ ਮਨੁੱਖ ਲਗਾਤਾਰ ਆਖ ਰਿਹਾ ਹੈ ਕਿ 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 ਸੇ ਇਟ ਅਗੇਨ ਆਈ ਕੈਨਟ ਹੀਅਰ ਯੂ ਦੁਬਾਰਾ ਫਿਰ ਆਖ ਮੈਂ ਇਸ ਨੂੰ ਸੁਣ ਨਹੀਂ ਸਕਿਆ ਮੈਨੀ ਕ੍ਰਿਸਚੀਅਨਸ ਆਰ ਲਾਈਕ ਥਿਸ ਬਹੁਤ ਸਾਰੇ ਮਸੀਹੀ ਇਸੇ ਤਰ੍ਹਾਂ ਹਨ ਦੇ ਟੂ ਕੈਨਟ ਹੀਅਰ ਗੋਡ ਐਟ ਆਲ ਉਹ ਵੀ ਪਰਮੇਸ਼ਵਰ ਦੀ ਆਵਾਜ਼ ਨੂੰ ਬਿਲਕੁਲ ਨਹੀਂ ਸੁਣ ਸਕਦੇ ਸੋ ਦੇ ਗੋ ਇਨ ਥੇ ਲਾਈਵਸ ਫਰਮ ਕ੍ਰਾਈਸਿਸ ਟੂ ਕ੍ਰਾਈਸਿਸ ਅਤੇ ਇਸ ਤਰ੍ਹਾਂ ਉਹ ਆਪਣੇ ਜੀਵਨਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਸ਼ਸ਼ੋ ਪੰਜ ਵਿੱਚ ਪਏ ਰਹਿੰਦੇ ਹਨ from stress to stress ek to baad ek dabav de vich From problem to problem. Because if you are not tuned with God, you are missing God's best for your life. If you are not in tune with God, chances are you are treading water and feeling very tired of it. If you are not in tune with God, chances are you are treading water and feeling very tired ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਆਪ ਪਾਣੀ ਨੂੰ ਲਤਾੜਦੇ ਹੋਏ ਚੱਲ ਰਹੇ ਹੋ। What happens when you get out of the will of God? ਜਦੋਂ ਆਪ ਪਰਮੇਸ਼ਵਰ ਦੀ ਇੱਛਾ ਤੋਂ ਦੂਰ ਹੋ ਜਾਂਦੇ ਹੋ ਤਾਂ ਕੀ ਵਾਪਰਦਾ ਹੈ? Well it's not the end of everything you will suffer for sure. ਜੀ ਹਾਂ ਇਹ ਇਸ ਦਾ ਅੰਤ ਨਹੀਂ ਹੁੰਦਾ ਸਭ ਕਾਸੇ ਦਾ ਬਲਕਿ ਆਪ ਦਾ ਸੱਚਮੁੱਚ ਕਸ਼ਟ ਪਾਉਗੇ ਬਟ ਰਿਮੈਂਬਰ ਵੈਨ ਗੋਡ ਕਨਟ ਰੂਲ ਹੀ ਵਿਲ ਓਵਰਰੂਲ ਪਰ ਯਾਦ ਰੱਖੋ ਕਿ ਜਦੋਂ ਪਰਮੇਸ਼ਵਰ ਰਾਜ ਨਾ ਕਰ ਸਕੇ ਤਾਂ ਉਹ ਸਖਤਾਈ ਨਾਲ ਰਾਜ ਕਰੇਗਾ ਜੋਨਾ ਕੁਡ ਨਟ lets god rule so god overruled in his life ਜੋਹਨਾ ਨੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਨੂੰ ਰਾਜ ਨਹੀਂ ਸੀ ਕਰਨ ਦਿੱਤਾ ਇਸ ਕਰਕੇ ਯੂਨਾ ਨਬੀ ਦੇ ਜੀਵਨ ਉੱਤੇ ਪਰਮੇਸ਼ਵਰ ਨੇ ਸਖਤਾਈ ਨਾਲ ਰਾਜ ਕੀਤਾ ਸੀ ਬਟ ਹੀ ਬਰੌਟ ਪੇਨ ਅਪਨ ਹਿਮਸੈਲਫ ਪਰ ਉਸਨੇ ਆਪਣੇ ਆਪ ਨੂੰ ਦੁੱਖ ਵਿੱਚ ਪਾਇਆ ਸੀ ਸਮ ਵੈਸੇ how will i know the will of god ਕੁਝ ਲੋਕ ਸ਼ਾਇਦ ਇਸ ਤਰ੍ਹਾਂ ਆਖਣਗੇ ਕਿ ਮੈਂ ਪਰਮੇਸ਼ਵਰ ਦੀ ਇੱਛਾ ਨੂੰ ਕਿਵੇਂ ਜਾਣਾਂ ਅਕੋਰਡਿੰਗ ਟੂ ਜੌਨ 7:17 ਇਫ ਯੂ ਆਰ ਵਿਲਿੰਗ ਟੂ ਓਬੇ ਗੋਡ ਗੋਡ ਇਜ਼ ਵਿਲਿੰਗ ਟੂ ਰਿਵੀਲ ਹਿਸ ਵਿਲ ਟੂ ਯੂ ਯੋਹੰਨਾ ਦੀ ਇੰਜੀਲ 7 ਦੇ ਉਸ ਦੀ 17 ਅਧਿਆਇ ਦੇ ਵਚਨਾਂ ਦੇ ਅਨੁਸਾਰ ਜੇਕਰ ਆਪ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਦੀ ਇੱਛਾ ਰੱਖਦੇ ਹੋ ਤਦ ਪਰਮੇਸ਼ਵਰ ਆਪ ਨੂੰ ਆਪਣੀ ਇੱਛਾ ਪ੍ਰਗਟ ਕਰਨ ਦੀ ਖਾਹਿਸ਼ ਰੱਖੇਗਾ

God will not reveal it to you. ਜੇਕਰ ਆਪ ਸੱਚਮੁੱਚ ਪਰਮੇਸ਼ਰ ਦੀ ਇੱਛਾ ਨੂੰ ਜਾਣਨ ਦੀ ਖਾਹਿਸ਼ ਰੱਖਦੇ ਹੋ ਪਰ ਆਪ ਉਸ ਦੀ ਆਗਿਆਕਾਰੀ ਕਰਨ ਦਾ ਇਰਾਦਾ ਨਹੀਂ ਰੱਖਦੇ ਤਾਂ ਪਰਮੇਸ਼ਰ ਇਸ ਨੂੰ ਆਪ ਉੱਤੇ ਪ੍ਰਗਟ ਨਹੀਂ ਕਰੇਗਾ। Listen to what Colossians 1:9 says. ਜੋ ਕੁਝ ਕੋਲਸੀਆਂ ਦੀ ਪੱਤਰੀ 1 ਅਧਿਆਇ ਉਸ ਦੀ ਨਾਮ ਆਦੇ ਬਚਨ ਸਾਨੂੰ ਆਖਦੇ ਹਨ ਉਸ ਦੇ ਬਾਰੇ ਗੌਰ ਨਾਲ ਸੁਣੋ ਇੱਥੇ ਆਖਿਆ ਗਿਆ ਹੈ ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਤੁਹਾਡੇ ਲਈ ਇਹ ਪ੍ਰਾਰਥਨਾ ਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਤੇ ਤੁਸੀਂ ਹਰ ਪ੍ਰਕਾਰ ਦੇ ਆਤਮਿਕ ਗਿਆਨ ਅਤੇ ਸਮਝ ਨਾਲ ਉਹਦੀ ਇੱਛਾ ਦੀ ਪਛਾਣ ਤੋਂ ਭਰਪੂਰ ਹੋ ਜਾਓ In Ephesians 5:17 God wants us to understand his will ਕੋਲਸੀਆਂ ਦੀ ਪੱਤਰੀ 5 ਦੇ ਉਸ ਦੀ 17 ਆਦੇ ਬਚਨਾਂ ਵਿੱਚ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਉਸ ਦੀ ਇੱਛਾ ਨੂੰ ਸਮਝੀਏ and this is where spiritual maturity comes in a child may know his father's will but not understand his will a father can tell a five-year-old to do something and the boy would ask why daddy o ਅਜੀ ਹਾ ਕਿਉਂ ਪਿਤਾ ਜੀ? and the father says because i said so. ਅਤੇ ਪਿਤਾ ਆਖਦਾ ਹੈ ਕਿਉਂਕਿ ਮੈਂ ਤੈਨੂੰ ਆਖਿਆ ਹੈ. you cannot explain logically to a 5 year old but to a 20 year old it's a different story. ਆਪ ਇੱਕ 5 ਸਾਲਾਂ ਦੀ ਉਮਰ ਦੇ ਬੱਚੇ ਨੂੰ ਤਰਕ ਦੇ ਲਿਹਾਜ਼ ਨਾਲ ਨਹੀਂ ਸਮਝਾ ਸਕਦੇ ਪਰ ਇੱਕ 21 ਸਾਲਾਂ ਦੇ ਬੱਚੇ ਦੇ ਲਈ ਇਹ ਇੱਕ ਬਿਲਕੁਲ ਭਿੰਨ ਕਹਾਣੀ ਹੁੰਦੀ ਹੈ. a 20 year old who's close to his father will not only understand what but the why. ਇੱਕ 20 ਸਾਲਾਂ ਦਾ ਬੱਚਾ ਆਪਣੇ ਪਿਤਾ ਨੂੰ ਦੇ ਜੋ ਨਜ਼ਦੀਕੀ ਵਿੱਚ ਰਹਿੰਦਾ ਹੈ ਉਹ ਸਿਰਫ ਕੀ ਹੀ ਨਹੀਂ ਸਮਝੇਗਾ ਬਲਕਿ ਇਸ ਨੂੰ ਵੀ ਕਿ ਕਿਉਂ ਐਜ਼ ਦ ਫਰੈਂਡਸ ਆਫ ਗੋਡ who have the privilege of knowing god we know something ਪਰਮੇਸ਼ਵਰ ਦੇ ਦੋਸਤ ਹੋਣ ਵਜੋਂ ਸਾਨੂੰ ਪਰਮੇਸ਼ਵਰ ਨੂੰ ਜਾਣਨ ਦਾ ਸੁਭਾਗ ਪ੍ਰਾਪਤ ਹੈ ਪਰ ਅਸੀਂ ਕੁਝ ਚੀਜ਼ਾਂ ਜਾਣਦੇ ਹਾਂ ਲਿਸਨ ਟੂ ਵਟ ਜੀਜ਼ਸ ਸੈਡ ਇਨ ਜਾਨ 15:15 ਜੋ ਕੁਝ ਯਿਸੂ ਜੀ ਨੇ ਯੋਹੰਨਾ ਦੀ انجیل ਦੇ 15 ਅਧਿਆਏ ਉਸ ਦੀ 15 ਆਇਤ ਦੇ ਬਚਨਾਂ ਵਿੱਚ ਆਖਿਆ ਸੀ ਉਸ ਨੂੰ ਧਿਆਨ ਨਾਲ ਸੁਣੋ ਹੁਣ ਤੋਂ ਅੱਗੋਂ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹਦਾ ਮਾਲਕ ਕੀ ਕਰਦਾ ਹੈ ਪਰ ਮੈਂ ਤੁਹਾਨੂੰ ਮਿੱਤਰ ਕਰਕੇ ਆਖਾਂ ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ ਬਟ ਅਕੋਰਡਿੰਗ ਟੂ ਰੋਮਨਸ 12 2 ਵੀ ਮਸਟ ਪ੍ਰੂਵ ਦ ਵਿਲ ਆਫ ਗੋਡ ਪਰ ਰੋਮੀਆਂ ਦੀ ਪਤਰੀ 12 ਦੇ ਆਇ ਉਸ ਦੀ ਦੋ ਅੱਜ ਦੇ ਬਚਨਾਂ ਦੇ ਅਨੁਸਾਰ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਸਿਧ ਕਰੀਏ। That means that we must put it into practice. ਇਸ ਦਾ ਅਰਥ ਹੁੰਦਾ ਹੈ ਕਿ ਜ਼ਰੂਰੀ ਹੈ ਕਿ ਅਸੀਂ ਇਸ ਦਾ ਅਭਿਆਸ ਕਰੀਏ। We must apply it in our lives. ਜ਼ਰੂਰੀ ਹੈ ਕਿ ਇਸ ਨੂੰ ਅਸੀਂ ਆਪਣੇ ਜੀਵਨਾਂ ਉੱਤੇ ਲਾਗੂ ਕਰੀਏ। And the more we obey the easier it is to discover what God wants us to do. ਅਤੇ ਜਿੰਨਾ ਜ਼ਿਆਦਾ ਅਸੀਂ ਇਸ ਦੀ ਆਗਿਆਕਾਰੀ ਕਰਦੇ ਹਾਂ ਉਨਾ ਹੀ ਜ਼ਿਆਦਾ ਇਹ ਖੋਜਣ ਦੇ ਲਈ ਆਸਾਨ ਹੋ ਜਾਂਦਾ ਹੈ ਕਿ ਪਰਮੇਸ਼ਵਰ ਕੀ ਚਾਹੁੰਦਾ ਹੈ ਕਿ ਅਸੀਂ ਕਰੀਏ। ਇਹ ਤਾਂ ਤੈਰਨਾ ਸਿੱਖਣ ਦੀ ਤਰ੍ਹਾਂ ਹੀ ਹੁੰਦਾ ਹੈ। ਜਾਂ ਫਿਰ ਇੱਕ ਸੰਗੀਤ ਦੇ ਔਜ਼ਾਰ ਨੂੰ ਬੁਝਾਉਣ ਦੇ ਨਾਲ। ਜਿੰਨਾ ਵੀ ਜ਼ਿਆਦਾ ਆਪ ਇਸ ਦਾ ਅਭਿਆਸ ਕਰਦੇ ਹੋ, ਉਨਾ ਹੀ ਜ਼ਿਆਦਾ ਇਹ ਆਪ ਦੇ ਲਈ ਸੁਭਾਵਿਕ ਬਣ ਜਾਂਦਾ ਹੈ। ਜਿਹੜੇ ਲੋਕ ਘੁੰਮ ਕੇ ਪੁੱਛ ਰਹੇ ਹਨ ਕਿ ਮੈਂ ਆਪਣੇ ਜੀਵਨ ਵਿੱਚ ਰੱਬ ਦੀ ਇੱਛਾ ਕਿਵੇਂ ਜਾਣਾਂ?

ਇਹ ਜਾਣਨਾ ਆਰੰਭ ਕਰਦੇ ਹੋ ਕਿ ਪਰਮੇਸ਼ਰ ਕੀ ਚਾਹੁੰਦਾ ਹੈ ਕਿ ਜੋ ਆਪ ਕਰੋ ਤਦ ਪਰਮੇਸ਼ਰ ਅਗਲੇ ਕਦਮ ਦੇ ਲਈ ਆਪ ਵਾਸਤੇ ਰਸਤਾ ਖੋਲ ਦਿੰਦਾ ਹੈ ਪਲੀਜ਼ ਅੰਡਰਸਟੈਂਡ ਵਟ ਆਮ ਗੋਇੰ ਟੂ ਟੈਲ ਯੂ ਜੋ ਕੁਝ ਮੈਂ ਆਪ ਨੂੰ ਦਰਸ਼ਨ ਜਾ ਰਿਹਾ ਕਿਰਪਾ ਕਰਕੇ ਉਸ ਨੂੰ ਸਮਝੋ when you serve the lord begrudgingly or because you feel you have to you may accomplish his work but you yourself miss out on the blessing ਜਦੋਂ ਆਪ ਗਿਲਾ ਸ਼ਿਕਵਾ ਰੱਖਦੇ ਹੋਆਂ ਪਰਮੇਸ਼ਵਰ ਦੀ ਸੇਵਾ ਕਰਦੇ ਹੋ ਜਾਂ ਫਿਰ ਇਸ ਤਰ੍ਹਾਂ ਸੋਚਦੇ ਹੋਆਂ ਮਹਿਸੂਸ ਕਰਦੇ ਆ ਕਿ ਆਪ ਨੂੰ ਇਹ ਕਰਨਾ ਹੀ ਪੈਣਾ ਹੈ ਤਦ ਹੋ ਸਕਦਾ ਹੈ ਆਪ ਉਸ ਦੇ ਕੰਮ ਨੂੰ ਸਥਾਪਿਤ ਕਰੋ ਪਰ ਆਪ ਆਪਣੇ ਆਪ ਵਿੱਚ ਬਰਕਤ ਪਾਣ ਤੋਂ ਵਾਂਝੇ ਰਹਿ ਜਾਂਦੇ ਹੋ ਇਟ ਵਿਲ ਬੀ ਅ ਟੋਇਲ ਨਾਟ ਅ ਮਿਨਿਸਟਰੀ ਇਹ ਤਾਂ ਇੱਕ ਕਹਾਣੀ ਹੋਏਗੀ ਨਾ ਕਿ ਕੋਈ ਸੇਵਾ Why must we be dependent on God and joyfully obey his will? James said because life is so uncertain. To plan your tomorrow without God is very foolish.

then we pass away ਅਸੀਂ ਥੋੜੇ ਜਿਹੇ ਸਮੇਂ ਦੇ ਲਈ ਇੱਥੇ ਹੁੰਦੇ ਹਾਂ ਅਤੇ ਫਿਰ ਅਸੀਂ ਜਾਂਦੇ ਰਹਿੰਦੇ ਹਾਂ most teenagers don't think that life is fragile ਬਹੁਤ ਸਾਰੇ ਛੋਟੀ ਉਮਰ ਦੇ ਬੱਚੇ ਨਹੀਂ ਜਾਣਦੇ ਕਿ ਜੋ ਜੀਵਨ ਹੈ ਇਹ ਬਹੁਤ ਹੀ ਨਾਜ਼ੁਕ ਹੈ they think that we are invincible ਉਹ ਇਸ ਤਰ੍ਹਾਂ ਸੋਚਦੇ ਹਨ ਕਿ ਅਸੀਂ ਤਾਂ ਅਜਿੱਤ ਹਾਂ And then, by the grace of God, when they reach the age of twenty-one, they begin to think differently. So James concludes in verse seventeen by saying this. This way, the stars are seen to be Jacob. This letter has reached him that if anyone does not know, it is a sin to do in fact, the whole New Testament teaches that the sins of omission are treated just as seriously as the sin of commission. In Matthew 25 41, Jesus tells us.

ਅਤੇ ਉਸ ਵੇਲੇ ਪ੍ਰਭੂ ਉਹਨਾਂ ਨੂੰ ਆਖੇਗਾ ਕਿ ਇਹ ਤਾਂ ਉਹ ਬੁਰੇ ਕੰਮ ਨਹੀਂ ਹਨ ਜੋ ਆਪਨੇ ਨਹੀਂ ਕੀਤੇ ਬਲਕਿ ਇਹ ਤਾਂ ਉਹ ਭਲੇ ਦੇ ਕੰਮ ਹਨ ਜਿਨ੍ਹਾਂ ਨੂੰ ਕਰਨਾ ਆਪ ਜਾਣਦੇ ਸੀ ਪਰ ਤੁਸੀਂ ਨੇ ਨਹੀਂ ਕੀਤੇ ਇੱਕ ਕਹਾਵਤ ਇਸ ਤਰ੍ਹਾਂ ਹੈ ਇਟ ਇਜ਼ ਨਾਟ ਦ ਮਾਊਂਟਨ ਅਹੈਡ ਦੈਟ ਵੇਅਰਸ ਯੂ ਆਊਟ ਇਟ ਇਜ਼ ਦ ਗ੍ਰੇਨ ਆਫ ਸੈਂਡ ਇਨ ਯੋਰ ਸ਼ੂ

time to clean out his shoes ਬਹੁਤ ਸਾਰੇ ਮਨੁੱਖ ਚਿੰਤਾ ਕਰਦੇ ਹਨ ਕਿਉਂਕਿ ਉਹ ਡਰਦੇ ਹਨ ਕਿ ਉਹ ਕਿਸੇ ਪਹਾੜ ਉੱਤੇ ਨਹੀਂ ਚੜ੍ਹ ਸਕਣਗੇ ਅਤੇ ਉਹਨਾਂ ਨੂੰ ਪਹਾੜ ਦੇ ਥੱਲੇ ਕੁਝ ਮੀਲ ਪਹਿਲਾਂ ਹੀ ਰੁਕਣਾ ਪੈ ਜਾਂਦਾ ਹੈ ਕਿਉਂਕਿ ਉਹਨਾਂ ਨੇ ਆਪਣੀ ਜੁੱਤੀ ਨੂੰ ਸਾਫ਼ ਕਰਨ ਲਈ ਸਮਾਂ ਹੀ ਨਹੀਂ ਕੱਢਿਆ ਹੁੰਦਾ often the source of failure in the christian life is not committing the big sin but being indifferent toward what is right ਅਕਸਰ ਮਸੀਹੀ ਜੀਵਨ ਵਿੱਚ ਅਸਫਲਤਾ ਦਾ ਸਰੋਤ ਕੋਈ ਵੱਡੇ ਪਾਪ ਕਰਨਾ ਨਹੀਂ ਹੁੰਦਾ ਬਲਕਿ ਜੋ ਕੁਝ ਉਚਿਤ ਅਤੇ ਠੀਕ ਹੈ ਉਸ ਦੇ ਪ੍ਰਤੀ ਉਦਾਸੀਨ ਹੋਣਾ ਹੁੰਦਾ ਹੈ ਬੀਇੰਗ ਇਨਡਿਫਰੈਂਟ ਟੂਵਰਡ ਐਕਟਿੰਗ ਆਫ ਆਰ ਕਨਵਿਕਸ਼ਨਸ ਦੋਸ਼ੀ ਠਹਿਰਾਏ ਜਾਣ ਵਾਲੇ ਕਾਰਜਸ਼ੀਲ ਹੋਣ ਦੇ ਪ੍ਰਤੀ ਨਿਰਸ ਹੋਣਾ ਹੁੰਦਾ ਹੈ ਬੀਇੰਗ ਇਨਡਿਫਰੈਂਟ ਟੂਵਰਡ ਦ ਵਰਕ ਆਫ ਦ ਕਿੰਗਡਮ ਆਫ ਗੋਡ ਪਰਮੇਸ਼ਵਰ ਦੇ ਰਾਜ ਦੇ ਕਾਰਜ ਦੇ ਪ੍ਰਤੀ ਉਦਾਸੀਨ ਹੋਣਾ

ਕੀ ਆਪ ਪੂਰੀ ਤਰ੍ਹਾਂ ਪਰਮੇਸ਼ਵਰ ਦੀ ਇੱਛਾ ਦੇ ਪ੍ਰਤੀ ਲਾਪਰਵਾਹ ਰਹਿੰਦੇ ਹੋ ਉਹ ਦੀਨਾ ਗੋਡਸ ਵਿਲ ਬਟ ਰਿਫਿਊਜ਼ ਟੂ obey ਜਾਂ ਫਿਰ ਕੀ ਆਪ ਪਰਮੇਸ਼ਵਰ ਦੀ ਇੱਛਾ ਨੂੰ ਜਾਣਦੇ ਹੋ ਪਰ ਫਿਰ ਵੀ ਉਸ ਦੀ ਆਗਿਆਕਾਰੀ ਕਰਨ ਤੋਂ ਇਨਕਾਰ ਕਰਦੇ ਹੋ ਇਦਰ ਵਿਲ ਬ੍ਰਿੰਗ ਸੋਰੋ ਐਂਡ ਰੂਇਨ ਟੂ ਦ ਲਾਈਫ ਆਫ ਦ ਪਰਸਨ ਹੂ ਹੋਲਡਸ ਇਟ ਇਹ ਦੋਵੇਂ ਹੀ ਉਸ ਵਿਅਕਤੀ ਦੇ ਜੀਵਨ ਵਿੱਚ ਸੋਗ ਅਤੇ ਬਰਬਾਦੀ ਲਿਆਉਣਗੇ ਜੋ ਇਸ ਨੂੰ ਪਕੜੀ ਰੱਖਦੇ ਹਨ। But the believer who knows, loves and obeys the will of God will enjoy God's blessing. ਪਰ ਉਹ ਵਿਸ਼ਵਾਸੀ ਜੋ ਕਿ ਪਰਮੇਸ਼ਵਰ ਦੀ ਇੱਛਾ ਨੂੰ ਜਾਣਦਾ, ਪਿਆਰ ਕਰਦਾ ਅਤੇ ਉਸ ਦੀ ਆਗਿਆਕਾਰੀ ਕਰਦਾ ਹੈ, ਉਹੀ ਆਪਣੇ ਜੀਵਨ ਵਿੱਚ ਪਰਮੇਸ਼ਵਰ ਦੀ ਬਰਕਤ ਦਾ ਆਨੰਦ ਮਾਣੇਗਾ। His life may not be easier, but it will be holier and happier. ਹੋ ਸਕਦਾ ਹੈ ਉਸ ਦਾ ਜੀਵਨ ਜਿਆਦਾ ਆਸਾਨ ਨਾ ਹੋਵੇ ਪਰ ਇਹ ਜਿਆਦਾ ਪਵਿੱਤਰ ਅਤੇ ਆਨੰਦਮਈ ਜ਼ਰੂਰ ਹੋਵੇਗਾ ਲਾਈਕ ਜੀਜ਼ਸ their food will be doing the will of the father ਯੀਸੂ ਜੀ ਦੀ ਤਰ੍ਹਾਂ ਉਹਨਾਂ ਦਾ ਭੋਜਨ ਪਰਮੇਸ਼ਰ ਪਿਤਾ ਦੀ ਇੱਛਾ ਨੂੰ ਪੂਰਾ ਕਰਨਾ ਹੋਵੇਗਾ ਇਟ ਇਜ਼ ਮਾਈ ਪ੍ਰੇਅਰ ਥੈਟ ਯੂ obey the will of god ਮੇਰੀ ਇਹ ਪ੍ਰਾਰਥਨਾ ਹੈ ਕਿ ਆਪ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਦੇ ਹੋ Until next time I wish you God's richest blessings. اگلی ملاقات تک میں آپ لیے پرمیشور دیان برکتاں دی بھرپوری دی خواہش رکھدا ہاں